लीडर साहबान वर्कर साहबान अज बीएसपी वालों सारे पंजाब के जिले के हेडक्वार्टर से आम आदमी पार्टी भगवंत मान बहुजन समाज पार्टी सूबा प्रधान सरदार जसवीर सिंह गड़ी के निर्देशों अनुसार जिला संगरूर के वर्करां वल्लों पंजाब के मुख्यमंत्री सरदार भगवंत सिंह मान अते एडवोकेट जनरल अनमोल रतन सिद्धू का पुतला फूकिया गया क्योंकि इन्होंने ला अफसर दीआं पोस्टां दे विच संविधानक कदरां कीमतां नूं छिके टांके रिजर्वेशन विरुद्ध कोर्ट दे विच पटीशन दर्ज कीती जिस विच एससी एंड ओबीसी समाज नूं नाकुशल भाव नलायक कहा गया। 4358 पुलिस कांस्टेबल दीआं पोस्टां विच रोस्टर पॉइंट ते लगा के एससी समाज दे 153 नुमाइंदियां नूं नौकरी तों अयोग कीता गया। इस मौके लोगों वालों प्रदर्शन किया गया अते की क्या तुसी आप जो साडे संविधान दे छेड़छाड़ कीती मैं साथियों नूं दसना चाहुंदा जिहड़ी 150 साल पुरानी सरकार कांग्रेस साडी जी उहने वी साडा तक दे माड़ा कीता सीगा। साथियों संविधान दे पन्ने दे उप्पर पहली तों लै के बीए तक दी किताब जो सरकारी किताब शबीर जी दा देश आजाद होया सी ਉਹਦੇ ਫਰੰਟ ਪੇਜ ਉੱਪਰ ਲਿਖਿਆ ਸੀ ਸੰਵਿਧਾਨ ਦਾ ਸਾਰਾ ਫਰੰਟ ਪੇਜ। ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਸਰਕਾਰ ਨੇ ਸਭ ਤੋਂ ਪਹਿਲਾਂ ਛੇੜਛਾੜ ਕਿਹਦੇ ਨਾਲ ਕੀਤੀ ਜੋ ਕਿਤਾਬ ਸੀ ਭਾਰਤ ਦਾ ਸੰਵਿਧਾਨ ਲਿਖਿਆ ਸੀ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਤੇ 5 ਬੱਚਿਆਂ ਦਾ ਖੂਨ ਪਾਇਆ ਸੀ। ਮੇਰੀ ਪਾਰਟੀ ਦਾ ਲੀਡਰ ਕਹਿੰਦੇ ਨੇ 4 ਬੱਚੇ ਸੀ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਅੱਜ ਤੱਕ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੀ ਬੱਚੀ ਵੀ ਸੀ ਬੇਟੀ ਸੀ। ਇਸੇ ਤਰ੍ਹਾਂ ਜਿਹੜੀਆਂ ਮਹਿਲਾ ਗਰੀਨ ਕਿਤਾਬ ਦੀ ਮਹਿਲਾ ਗਰੀਨ ਦੀ ਗੱਲ ਕਰਦਾ ਹੈ ਮਾਨ ਸਾਹਿਬ ਭਗਵੰਤ ਮਾਨ ਜੀ ਉਹ ਮਹਿਲਾ ਗਰੀਨ ਦੀਆਂ ਜਿੰਨੀਆਂ 109 ਪੋਸਟਾਂ ਲਿਖੀਆਂ ਕੱਲ ਅਸਿਸਟਾਂ ਦੀਆਂ ਸਹਾਇਕ ਨੇ 109 ਲਿਖੀਆਂ 230 ਮੈਡੀਕਲ ਲਿਖੀਆਂ। ਇਸੇ ਤਰ੍ਹਾਂ 368 ਪੋਸਟਾਂ ਜਿਹੜੀਆਂ ਹੈਗੀਆਂ ਨੇ ਬਈਆਂ ਬਹਿ ਕੇ ਉਹ ਘੱਟ ਕੀਤਾ ਜਾ ਰਿਹਾ ਨਾ ਹੀ ਜਿਹੜੇ ਮਜ਼ਦੂਰਾਂ ਦੀ ਦਿਹਾੜੀ ਹੈ ਜਿਹੜੀ ਘੱਟੋ ਘੱਟ ਅੱਜ ਕੱਲ੍ਹ ਤੇ ਕੰਮਦਾ ਔਰ 800 ਰੁਪਈਆ ਇਹਨਾਂ ਨੂੰ ਦਿਹਾੜੀ ਦੇਣ ਜੇਕਰ ਕਿਸੇ ਮਜ਼ਦੂਰ ਦੀ ਮੌਤ ਹੋ ਜਾਵੇ ਕੰਮ ਕਰਦੇ ਦੌਰਾਨ ਘੱਟੋ ਘੱਟ ਪੰਜਾਬ ਦਾ ਸਰਕਾਰ ਹੋਵੇ। ਇਹ ਸਾਰੀਆਂ ਮੁੱਖ ਮੰਗਾਂ ਨੂੰ ਲੈ ਕੇ ਅੱਜ ਜ਼ਿਲ੍ਹਾ ਸੰਗਰੂਰ ਦੀ ਜਿਹੜੀ ਟੀਮ ਹੈ ਸਰਦਾਰ ਰਣਜੀਤ ਸਿੰਘ ਨਾਲ ਲੋਕ ਸਭਾ ਦੇ ਇੰਚਾਰਜ ਨੇ ਸਰਦਾਰ ਅਮਰੀਕ ਸਿੰਘ ਕੈਂਟ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਨੇ ਸਰਦਾਰ ਰਾਮ ਸਿੰਘ ਮਾਜਵਾਲ ਦੇ ਖੜੇ ਨੇ ਹਰਵੰਸ ਸਿੰਘ ਮੀਤਪਾਲ ਦੇ ਖੜੇ ਨੇ ਭੋਲਾ ਸਿੰਘ ਜੀ ਪ੍ਰਧਾਨ ਰਾਮ ਸਿੰਘ ਮਾਜਵਾਲ ਅਤੇ ਕਰਨੈਲ ਸਿੰਘ ਇਹ ਸਾਰੇ ਸਾਥੀ। ਅਗਲਾ ਪ੍ਰੋਗ ਇਹ ਹੈਗਾ ਅਗਰ ਇਹ ਸਰਕਾਰ ਗਰੀਬਾਂ ਦੇ ਲੋਕਾਂ ਦੇ ਡਾਕਾ ਮਾਰਦੀ ਰਹੇਗੀ ਤਾਂ ਅਸੀਂ ਪੰਜਾਬ ਬੰਦ ਵੀ ਕਰਾਂਗੇ ਅਸੀਂ ਸੜਕਾਂ ਵੀ ਬੰਦ ਕਰਾਂਗੇ ਅਸੀਂ ਸਾਰੇ ਜਿਹੜੇ ਐਸ ਸੀ ਖਾਸ ਤੌਰ 'ਤੇ 34 ਐੱਮ ਐੱਲ ਏ ਬੈਠੇ ਨੇ ਉਹਨਾਂ ਨੂੰ ਸੜਕਾਂ 'ਤੇ ਘੇਰਨ ਦਾ